ਚੈਨਲ ਤੋਂ ਤੁਸੀਂ ਦੇਖ ਲਓ ਲਾਈਵ ਟੈਲੀਕਾਸਟ ਆਹਮਣੇ ਸਾਹਮਣੇ ਇਸ ਤੋਂ ਤੁਸੀਂ ਜੀਰਾ ਵਿਖੇ ਖੜ੍ਹੇ ਹਾਂ ਜੋ ਕਿ ਫਿਰੋਜ਼ਪੁਰ ਦੇ ਲਾਗੇ ਹੈ। ਤੁਸੀਂ ਸੁਣਿਆ ਹੈਗਾ ਕਿ ਗੱਡੀ ਦੀ ਐਵਰੇਜ 20 ਕਿਲੋਮੀਟਰ 25 ਕਿਲੋਮੀਟਰ ਮੋਟਰਸਾਈਕਲ ਦੀ ਐਵਰੇਜ ਸੁਣੀ ਹੈਗੀ। ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਂਦੇ ਹਾਂ ਕਿ ਦੋਸਤੋ ਇਸ ਰਿਕਸ਼ੇ ਦੀ ਐਵਰੇਜ 40 ਕਿਲੋਮੀਟਰ। ਹਾਂਜੀ ਇਹ ਰਿਕਸ਼ਾ ਉਹ ਡਿਜੀਟਲ ਇੰਡੀਆ ਦੇ ਇੱਕ ਨਿਸ਼ਾਨੀ ਹੈ ਜੋ ਸਾਡੇ ਜੀਰਾ ਦੀ ਇਸ ਵਿੱਚ ਜੀਰਾ ਤੋਂ ਬਾਅਦ ਗੱਲਬਾਤ ਕਰਾਂਗੇ। ਭਾਈ ਸਾਹਿਬ ਜੀ ਸਤਿ ਸ਼੍ਰੀ ਅਕਾਲ, ਕੀ ਨਾਂ ਹੈ ਤੁਹਾਡਾ? ਹਰਦੀਪ ਜੀ, ਇਹਦੀ ਜੋ ਰਿਕਸ਼ਾ ਹੈ ਇਹਦੀ ਕਿੰਨੀ ਐਵਰੇਜ ਹੈ? 40 ਕਿਲੋਮੀਟਰ। 40 ਕਿਲੋਮੀਟਰ ਦੀ ਐਵਰੇਜ ਹੈ, ਬਟ ਤੁਹਾਨੂੰ ਇੱਕ ਚੀਜ਼ ਨਵੀਂ ਦਿਖਾਉਂਦੇ ਕਿ ਇਹ ਰਿਕਸ਼ਾ ਜੋ ਹੈ ਇਹਨੂੰ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ, ਸਿਰਫ ਰਿਕਸ਼ਾ ਚੱਲਦਾ ਇਹ ਇੰਜਨ ਲਗਾ ਹੋਇਆ। ਭਾਈ ਇਹਦਾ ਇੰਜਨ ਕਿੱਦਾਂ ਲੱਗਾ ਹੋਇਆ ਤੁਹਾਨੂੰ? ਸਕੂਟਰੀ ਦਾ ਇੰਜਨ ਲੱਗਾ ਹੋਇਆ, ਤੁਸੀਂ ਦੇਖ ਸਕਦੇ ਹੋ ਕਿ ਸਕੂਟਰੀ ਦਾ ਇੰਜਨ ਰਿਕਸ਼ੇ 'ਤੇ ਲੱਗਾ ਹੋਇਆ ਔਰ ਰਿਕਸ਼ੇ ਦੀ ਐਵਰੇਜ ਹੈ 40 ਕਿਲੋਮੀਟਰ, ਜੋ ਕਿ ਰਿਕਸ਼ੇ ਦੀ ਐਵਰੇਜ 40 ਕਿਲੋ। ਗੱਡੀਆਂ ਦੀ ਐਵਰੇਜ ਤੁਸੀਂ ਦੇਖਿਆ, ਮੋਟਰਸਾਈਕਲਾਂ ਦੀ ਐਵਰੇਜ ਤੁਸੀਂ ਦੇਖੇਗਾ, ਅੱਜ ਅਸੀਂ ਤੁਹਾਨੂੰ ਦਿਖਾ ਰਹੇ ਕਿ ਰਿਕਸ਼ੇ ਦੀ ਐਵਰੇਜ 40 ਕਿਲੋਮੀਟਰ ਰਿਕਸ਼ੇ ਦੀ ਐਵਰੇਜ ਹੈ, ਜੋ ਭਾਈ ਸਾਹਿਬ ਨੇ ਬਹੁਤ ਵਧੀਆ ਤਕਨੀਕੀ ਦੇ ਨਾਲ ਇਸ ਰਿਕਸ਼ੇ ਨੂੰ ਤਿਆਰ ਕੀਤਾ ਹੈ ਕਿ 40 ਕਿਲੋਮੀਟਰ ਦੇ ਨਾਲ 1 ਲੀਟਰ ਪੈਟਰੋਲ ਕਰਨਾ ਪਈ ਇੱਥੇ 1 ਲੀਟਰ ਪੈਟਰੋਲ ਦੇ ਨਾਲ 40 ਕਿਲੋਮੀਟਰ ਦੀ ਐਵਰੇਜ ਕਰ ਸਕਦਾ ਹੈ। ਅਤੇ ਭਾਈ ਸਾਹਿਬ ਇਸ ਟਾਈਮ ਭਾਈ ਤੁਸੀਂ ਸੁਖੀ ਹੋ, ਬਿਲਕੁਲ ਠੀਕ ਹੈ, ਤੁਹਾਨੂੰ ਚਲਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ? ਬਿਲਕੁਲ ਜੀ, ਚਲਾਉਣ 'ਚ ਕੋਈ ਦਿੱਕਤ ਨਹੀਂ। ਰਿਕਸ਼ੇ ਦੀ 40 ਕਿਲੋਮੀਟਰ ਐਵਰੇਜ ਤੁਸੀਂ ਦੇਖ ਕੇ ਹੋ ਜਾਓਗੇ ਹੈਰਾਨ। ਕੈਮਰਾਮੈਨ ਰਜਿੰਦਰ ਦਾਦਾ, ਐਸ ਕੇ ਸਜਾਣਾ, ਆਜ ਤੱਕ ਆਮਨੇ ਸਾਹਮਣੇ ਜੀਰੇ ਤੋਂ। ਰਜਿੰਦਰ ਜੀ ਕਿੱਦਾਂ ਦਾ ਲੱਗਦਾ ਤੁਹਾਨੂੰ? ਬਹੁਤ ਵਧੀਆ ਲੱਗਦਾ, ਬਿਲਕੁਲ ਜੀ ਇਹ ਹੈ ਕਿ 40 ਕਿਲੋਮੀਟਰ ਦੀ ਐਵਰੇਜ ਤੁਸੀਂ ਦੇਖ ਸਕਦੇ ਹੋ, ਇੱਕ ਰਿਕਸ਼ੇ ਦੀ ਐਵਰੇਜ ਹੈ ਜੋ 40 ਕਿਲੋਮੀਟਰ ਹੈ। ਭਾਈ ਸਾਹਿਬ ਦੇ ਰਿਕਸ਼ੇ 'ਚ ਪੈਡਲ ਮਾਰਨ ਦੀ ਜ਼ਰੂਰਤ ਨਹੀਂ ਪੈਂਦੀ, ਰਿਕਸ਼ਾ ਸਿਰਫ ਚੱਲਦਾ ਹੈ ਪੈਟਰੋਲ ਦੇ ਨਾਲ, ਅਤੇ ਇਸ ਰਿਕਸ਼ੇ ਦੀ ਐਵਰੇਜ 40 ਕਿਲੋਮੀਟਰ ਹੈ।